ਮਾਨ ਦੀ ਕੈਬਨਿਟ 'ਚ ਫੇਰ ਬਦਲ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਨੇ। ਕਦੇ ਕਿਸੇ ਲੀਡਰ ਦਾ ਨਾਮ ਅੱਗੇ ਆਉਂਦਾ ਅਤੇ ਕਦੇ ਕਿਸੇ ਦਾ ਆਉਂਦਾ। ਅਤੇ ਹੁਣ ਵੱਡੀ ਖਬਰ ਆਈ ਹੈ ਕਿ ਮੋਹਿੰਦਰ ਭਗਤ ਮਾਨ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲੰਘੇ ਦਿਨੀ ਜਲੰਧਰ ਚੋਣਾਂ ਜੋ ਜਿਮਣੀ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਮੋਹਿੰਦਰ ਭਗਤ ਨੇ ਵੱਡੀ ਲੀਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਜਿੱਤ ਝੋਲੀ ਪਾਈ ਹੈ ਅਤੇ ਭਗਵੰਤ ਮਾਨ ਦਾ ਕੱਦ ਜਿਸ ਦੇ ਨਾਲ ਵੱਡਾ ਹੋਇਆ ਤਾਂ ਕਿਹਾ ਜਾ ਰਿਹਾ ਕਿ ਹੁਣ ਮੋਹਿੰਦਰ ਭਗਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਦੇ ਵਿੱਚ ਲੈ ਸਕਦੇ ਨੇ ਅਤੇ ਕੈਬਨਿਟ ਦੇ ਵਿੱਚ ਵਿਸਥਾਰ ਹੋ ਸਕਦਾ। ਤੁਹਾਨੂੰ ਦੱਸ ਦਈਏ ਕਿ ਕਈ ਅਜਿਹੇ ਚਿਹਰੇ ਵੀ ਨੇ ਜੋ ਮੰਤਰੀ ਦੇ ਅਹੁਦੇ ਤੋਂ ਹਟ ਸਕਦੇ ਨੇ ਅਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ ਹੋਵੇ ਜਾਂ MLA ਹੋਵੇ ਉਸ ਵੱਲੋਂ ਚੰਗਾ ਪ੍ਰਦਰਸ਼ਨ ਨਹੀਂ ਦਿੱਤਾ ਗਿਆ ਅਤੇ ਆਮ ਆਦਮੀ ਪਾਰਟੀ ਕੁੱਲ 3-4 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਉਂਗਲੀਆਂ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ, ਪਰ ਜਿਵੇਂ ਹੀ ਜਲੰਧਰ ਚੋਣ ਆਉਂਦੀ ਹੈ ਤਾਂ ਪਾਸਾ ਫਿਰ ਤੋਂ ਪਲਟ ਜਾਂਦਾ ਹੈ ਅਤੇ ਅਕਾਲੀ ਦਲ, BJP, ਕਾਂਗਰਸ ਹੋਵੇ ਚਾਹੇ ਆਜ਼ਾਦ ਉਮੀਦਵਾਰ ਹੋਣ, ਉਹ ਮਹਿੰਦਰ ਭਗਤ ਜਾਣੀ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਏ। ਨਤੀਜਾ ਆਇਆ ਤਾਂ ਹੈਰਾਨ ਕਰਨ ਵਾਲਾ ਸੀ। 50,000 ਤੋਂ 55,000 ਦੇ ਨੀਅਰ ਅਬਾਊਟ ਜੋ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਅਤੇ ਬਾਕੀ ਕੈਂਡੀਡੇਟ ਜੋ ਮਿਲਾ ਕੇ ਵੀ ਉਨੀਆਂ ਵੋਟਾਂ ਨਹੀਂ ਬਣਦੀਆਂ ਅਤੇ ਲੋਕਾਂ ਦਾ ਫਤਵਾ ਭਗਵੰਤ ਮਾਨ ਵੱਲ ਨੂੰ ਫਿਰ ਝੁਕਦਾ ਦਿਖਾਈ ਦਿੱਤਾ। ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਮਾਨ ਦੀ ਕੈਬਨਿਟ 'ਚ ਫੇਰ ਬਦਲ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਨੇ। ਕਦੇ ਕਿਸੇ ਲੀਡਰ ਦਾ ਨਾਮ ਅੱਗੇ ਆਉਂਦਾ ਅਤੇ ਕਦੇ ਕਿਸੇ ਦਾ ਆਉਂਦਾ। ਅਤੇ ਹੁਣ ਵੱਡੀ ਖਬਰ ਆਈ ਹੈ ਕਿ ਮੋਹਿੰਦਰ ਭਗਤ ਮਾਨ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲੰਘੇ ਦਿਨੀ ਜਲੰਧਰ ਚੋਣਾਂ ਜੋ ਜਿਮਣੀ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਮੋਹਿੰਦਰ ਭਗਤ ਨੇ ਵੱਡੀ ਲੀਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਜਿੱਤ ਝੋਲੀ ਪਾਈ ਹੈ ਅਤੇ ਭਗਵੰਤ ਮਾਨ ਦਾ ਕੱਦ ਜਿਸ ਦੇ ਨਾਲ ਵੱਡਾ ਹੋਇਆ ਤਾਂ ਕਿਹਾ ਜਾ ਰਿਹਾ ਕਿ ਹੁਣ ਮੋਹਿੰਦਰ ਭਗਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਦੇ ਵਿੱਚ ਲੈ ਸਕਦੇ ਨੇ ਅਤੇ ਕੈਬਨਿਟ ਦੇ ਵਿੱਚ ਵਿਸਥਾਰ ਹੋ ਸਕਦਾ। ਤੁਹਾਨੂੰ ਦੱਸ ਦਈਏ ਕਿ ਕਈ ਅਜਿਹੇ ਚਿਹਰੇ ਵੀ ਨੇ ਜੋ ਮੰਤਰੀ ਦੇ ਅਹੁਦੇ ਤੋਂ ਹਟ ਸਕਦੇ ਨੇ ਅਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ ਹੋਵੇ ਜਾਂ MLA ਹੋਵੇ ਉਸ ਵੱਲੋਂ ਚੰਗਾ ਪ੍ਰਦਰਸ਼ਨ ਨਹੀਂ ਦਿੱਤਾ ਗਿਆ ਅਤੇ ਆਮ ਆਦਮੀ ਪਾਰਟੀ ਕੁੱਲ 3-4 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਉਂਗਲੀਆਂ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ, ਪਰ ਜਿਵੇਂ ਹੀ ਜਲੰਧਰ ਚੋਣ ਆਉਂਦੀ ਹੈ ਤਾਂ ਪਾਸਾ ਫਿਰ ਤੋਂ ਪਲਟ ਜਾਂਦਾ ਹੈ ਅਤੇ ਅਕਾਲੀ ਦਲ, BJP, ਕਾਂਗਰਸ ਹੋਵੇ ਚਾਹੇ ਆਜ਼ਾਦ ਉਮੀਦਵਾਰ ਹੋਣ, ਉਹ ਮਹਿੰਦਰ ਭਗਤ ਜਾਣੀ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਏ। ਨਤੀਜਾ ਆਇਆ ਤਾਂ ਹੈਰਾਨ ਕਰਨ ਵਾਲਾ ਸੀ। 50,000 ਤੋਂ 55,000 ਦੇ ਨੀਅਰ ਅਬਾਊਟ ਜੋ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਅਤੇ ਬਾਕੀ ਕੈਂਡੀਡੇਟ ਜੋ ਮਿਲਾ ਕੇ ਵੀ ਉਨੀਆਂ ਵੋਟਾਂ ਨਹੀਂ ਬਣਦੀਆਂ ਅਤੇ ਲੋਕਾਂ ਦਾ ਫਤਵਾ ਭਗਵੰਤ ਮਾਨ ਵੱਲ ਨੂੰ ਫਿਰ ਝੁਕਦਾ ਦਿਖਾਈ ਦਿੱਤਾ। ਬਿਊਰੋ ਰਿਪੋਰਟ।